ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਹੜੇ ਦੀ ਤੁਸੀਂ ਆ ਫੋਟੋ ਦੇਖ ਰਹੇ ਹੋ ਬੰਦੇ ਦੀ ਇਹਦੀ ਉਮਰ ਦੇ ਹਿਸਾਬ ਨਾਲ ਇਹਦੀ ਬੱਗੀ ਦਾੜ੍ਹੀ ਦੇ ਹਿਸਾਬ ਨਾਲ ਅੰਦਾਜ਼ਾ ਨਹੀਂ ਲਾ ਸਕਦੇ ਵੀ ਜਿਹੜੀ ਇਹਨੇ ਕਰਤੂਤ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਟੁੱਟੀ ਗੰਢੀ ਸਾਹਿਬ ਵਿਖੇ ਲੰਗਰ ਛਕਣ ਦੌਰਾਨ ਕੀਤੀ ਹੈ ਇਹ ਬੰਦਾ ਲੰਗਰ ਛਕਣ ਆਉਂਦਾ ਹੈ ਲੰਗਰ ਛਕਣ ਉਪਰੰਤ ਚਾਹ ਪੀਂਦਾ ਹੈ ਚਾਹ ਦੇ ਨੇੜੇ ਗੁਰੂ ਕੀ ਗੋਲਕ ਪਈ ਹੁੰਦੀ ਹੈ ਗੋਲਕ ਦੇ ਉੱਤੇ ਇੱਕ ਸਾਡੇ ਮਾਤਾ ਜੀ ਹੈ ਜੋ ਕਿ ਲਗਾਤਾਰ 1983 ਤੋਂ ਲੈ ਕੇ ਜਦੋਂ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਆਰੰਭ ਹੋਈ ਸੀ ਉਹ ਲਗਾਤਾਰ ਸੇਵਾ ਕਰ ਰਿਹਾ ਹੈ ਆਪਦੇ ਪਰਿਵਾਰਕ ਕੰਮ ਧੰਦਿਆਂ ਨੂੰ ਛੱਡ ਕੇ ਡੇਲੀ ਉਹਨਾਂ ਨੇ 5-7 ਘੰਟੇ ਸਬਜ਼ੀ ਕੱਟਣ ਦੀ ਝਾੜੂ ਮਾਰਨ ਦੀ ਜਾਂ ਜੋ ਵੀ ਹੈ ਉਹ ਸੇਵਾ ਕਰਨੀ ਹੈ ਉਹ ਸੇਵਾ ਦੌਰਾਨ ਆਪ ਦਾ ਸਵਾਦ ਹੀ ਸ਼ਨਾਈ ਕਰ ਰਹੇ ਸਨ ਜੋ ਜਿਸ ਦੇ ਨਾਲ ਵਰਤਨ ਸੋਧੇ ਜਾਂਦੇ ਆ। ਇਹ ਬੰਦਾ ਦੇਖ ਰਿਹਾ ਸੀ ਵੀ ਮਾਤਾ ਜੀ ਆਪ ਦੀ ਸੇਵਾ ਦੇ ਵਿੱਚ ਮਸਤ ਹੈ। ਇਹਨੇ ਚਾਹ ਪੀਂਦੇ ਨੇ ਪਰਸ ਤੇ ਅੱਖ ਮਾਰੀ ਦੇਖਿਆ ਪਰਸ ਨੂੰ ਤੇ ਮੁੜ ਕੇ ਜਦੋਂ ਭਾਂਡੇ ਮਾਂਜਣ ਪ੍ਰੰਤ ਜਾਣ ਲੱਗਾ ਤੇ ਜਾਂਦਾ ਮਾਤਾ ਜੀ ਦਾ ਪਰਸ ਚੱਕ ਕੇ ਲੈ ਗਿਆ। ਜਿਸ ਦੇ ਵਿੱਚ ਨਗਦੀ ਸੀ ਤੇ ਮੋਬਾਈਲ ਸੀ। ਸੰਗਤ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਜੇ ਕੋਈ ਇਸ ਬੰਦੇ ਨੂੰ ਜਾਣਦਾ ਹੈ ਤਾਂ ਸਾਨੂੰ 98720 16499 98720 16499 ਨੰਬਰ ਤੇ ਜਰੂਰ ਦੱਸੋ ਤੇ ਇੱਕ ਹੱਥ ਜੋੜ ਕੇ ਬੇਨਤੀ ਹੈ ਵੀ ਕਈ ਬੰਦੇ ਵੀਡੀਓ ਪਾਉਂਦੇ ਆ ਕੇ ਵੀ ਗੁਰੂ ਘਰਾਂ 'ਚ ਜੀ ਗਰੀਬ ਬੰਦੇ ਨਾਲ ਧੱਕਾ ਹੁੰਦਾ ਆਇਆ ਹੁੰਦਾ ਤੁਸੀਂ ਆਹ ਦੇਖ ਲਓ ਵੀ ਸਵੇਰ ਤੋਂ ਗੁਰੂ ਕੇ ਲੰਗਰ ਚੱਲਦੇ ਵੀ ਐਹੋ ਜਿਹਾਂ ਕਰਤੂਤਾਂ ਕਰਨ ਵਾਲਿਆਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਸੰਗਤ ਇਸ ਚੀਜ਼ ਦਾ ਵੀ ਸਾਨੂੰ ਸੁਝਾਅ ਦੇਵੇ ਵੀ ਇੱਕ ਬੰਦਾ ਸਰਦਾਂ ਦਾ ਸੇਵਾ ਕਰਦਾ ਹੈ ਤੇ ਉਹਦੀ ਚੋਰੀ ਹੋ ਜੇ ਉਹਦੇ ਦਿਲ ਨੂੰ ਕਿੰਨੀ ਠੇਸ ਲੱਗੂਗੀ